ਆਪ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਨੂਕੇ ਨੇ ਆਪਣੇ ਦੋ ਫੋਨਾਂ ਦੀ ਜਾਸੂਸੀ ਹੋਣ ਦਾ ਮਾਮਲਾ ਸਪੀਕਰ ਦੇ ਸਾਹਮਣੇ ਲਿਆਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਹੈਰਾਨ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਜਾਨ ਦਾ ਖਤਰਾ ਪੈਦਾ ਹੋ ਗਿਆ ਹੈ। ਮੈਨੂੰ ਕਾਲਸ ਆ ਰਹੀਆਂ ਸੀ ਵੀ ਤੁਹਾਡਾ ਫੋਨ ਟਿਪਿੰਗ 'ਤੇ ਹੈ, ਪਰ ਸਮੱਸਿਆ ਇਹ ਸੀ ਮੈਂ ਇਸ ਚੀਜ਼ ਨੂੰ ਇਗਨੋਰ ਕਰਦੀ ਸੀ। ਜਦੋਂ ਮੈਨੂੰ ਇਹਦੇ ਵਟਸਐਪ 'ਤੇ ਸਾਰੀ ਡਿਟੇਲ ਹੀ ਆ ਗਈ ਵੀ ਆਹ ਚੀਜ਼ ਹੈ ਸਾਰਿਆਂ ਤੁਹਾਡੀ ਕਾਲਸ, ਮੈਂ ਬੜੀ ਹੈਰਾਨ ਰਹੀ ਕਿ ਮੇਰੇ ਪਲ ਪਲ ਦੀ ਖਬਰ, ਪਤਾ ਨਹੀਂ ਇਹ ਚੀਜ਼ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਤਾਂ ਹੋ ਨਹੀਂ ਸਕਦੀ। ਇੱਕ ਪਾਸੇ ਤਾਂ ਅਸੀਂ ਸੰਵਿਧਾਨ ਦਿਵਸ ਮਨਾਉਣ ਜਾ ਰਹੇ ਹਾਂ ਜਿੱਥੇ ਰਾਈਟ ਟੂ ਫਰੀਡਮ ਟੂ ਸਪੀਚ ਟੂ ਰਾਈਟ, ਠੀਕ ਹੈ, ਦੂਸਰਾ ਸਾਡੇ ਇਸ ਤਰ੍ਹਾਂ ਦੇ ਅਧਿਕਾਰਾਂ ਨੂੰ ਬਿਲਕੁਲ ਉਲੰਘਣਾ ਕੀਤੀ ਜਾ ਰਹੀ ਹੈ। ਮੈਂ ਇੱਕੋ ਹੀ ਗੱਲ ਪੁੱਛਣਾ ਚਾਹੁੰਦੀ ਹਾਂ, ਸਾਡੇ ਵਰਗੇ ਲੋਕਾਂ ਤੋਂ ਇਹਨਾਂ ਨੂੰ ਕੀ ਖਤਰਾ? ਸਾਡੇ ਤੋਂ ਅਸੀਂ ਤਾਂ ਖੁੱਲ੍ਹੀ ਕਿਤਾਬ ਹਾਂ, ਸਾਨੂੰ ਕਾਹਦਾ ਖਤਰਾ? ਸਾਡੇ ਕਿਉਂ ਇੱਕ ਤਾਂ ਮੇਰਾ ਪਲ ਪਲ ਦੇ ਮੇਰੇ 'ਤੇ ਇਹਨਾਂ ਦਾ ਨਿਗਾਹ ਰੱਖਣਾ, ਬਾਰ ਬਾਰ ਮੈਨੂੰ ਇਸ ਚੀਜ਼ ਦਾ ਮੇਰੇ ਖਤਰੇ ਦਾ ਸੂਚਕ ਹੈ, ਕਿਉਂਕਿ ਮੇਰੇ 'ਤੇ ਕੁਛ ਵੀ ਹੋ ਸਕਦਾ, ਕੋਈ ਵੀ ਪ੍ਰੋਬਲਮ ਹੈ। ਜੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਮੇਰੀ ਕਾਲ ਡਿਟੇਲ ਮੈਨੂੰ ਹੀ ਵਟਸਐਪ 'ਤੇ ਭੇਜੀ ਜਾ ਸਕਦੀ ਹੈ, ਕਿੰਨੇ ਲੋਕਾਂ ਕੋਲ ਹੋਰ ਗਈ ਹੋਣੀ ਹੈ? ਦੂਸਰੀ ਗੱਲ, ਮੇਰੇ ਪਲ ਪਲ ਦੀ ਖਬਰ ਜੇ ਉਹਨਾਂ ਕੋਲ, ਮੈਂ ਕਿਹਨੂੰ ਮਿਲ ਰਹੀ ਹਾਂ? ਮੇਰੀ ਰਿਕਾਰਡਿੰਗ ਆ ਉਹਨਾਂ ਕੋਲ, ਮੈਂ ਕੱਲ੍ਹ ਨੂੰ ਕਿੱਥੇ ਕਿੱਥੇ ਜਾਣਾ? ਅਤੇ ਮੈਨੂੰ ਖਤਰਾ ਹੀ, ਸਭ ਨੂੰ ਬੇਨਤੀ ਕਰਕੇ ਆਈ ਹਾਂ ਵੀ ਭਾਵੇਂ ਥਰਡ ਪਾਰਟੀਆਂ ਜਾਂ ਸਰਕਾਰ ਆ, ਸਮਾਂ ਬੰਦ ਕਰਕੇ ਉਸ ਬੰਦੇ ਨੂੰ ਕਟਹਿਰੇ 'ਚ ਲਿਆਂਦਾ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਗੇ ਸੋਤਨ ਜਾਣੇ, ਮੈਂ ਤਾਂ ਖੁਦ ਇਸ ਚੀਜ਼ ਨੂੰ ਭੁਗਤ ਰਹੀ ਹਾਂ, ਸਭ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਜਦੋਂ ਤੁਹਾਡੇ ਹੀ ਕਾਲ ਦੇ, ਬੇਸ਼ੱਕ ਮੇਰੀ ਕੋਈ ਗਲਤ ਨਹੀਂ ਹੈ, ਨਾ ਮੈਨੂੰ ਕਿਸੇ ਚੀਜ਼ ਦਾ ਖਤਰਾ, ਤੁਸੀਂ ਮੇਰੀਆਂ ਕਾਲ ਡਿਟੇਲਸ ਘਟਾ ਲਓ, ਮੈਕਸੀਮਮ ਮੇਰੇ ਪਰਿਵਾਰ ਨਾਲ ਗੱਲਾਂ ਹੋਈਆਂ ਜਾਂ ਮੇਰੇ ਪਾਰਟੀ ਵਰਕਰਸ ਨਾਲ ਗੱਲਾਂ ਹੋਈਆਂ, ਪਰ ਮੇਰੇ ਤੋਂ ਕਿਸੇ ਨੂੰ ਕੀ ਖਤਰਾ? ਇਹ ਸਰਕਾਰ ਦੇਖ ਕੇ ਦੇਵੇ ਨਾ, ਜੇ ਉਹ ਆਪਣੇ MLA ਦੀ ਰਾਖੀ ਨਹੀਂ ਕਰ ਸਕਦੀ ਤਾਂ ਉਹ ਆਮ ਲੋਕਾਂ ਦੀ ਕਿੱਥੇ ਕਰੇਗੀ?